ਜਲੰਧਰ ਤੋਂ ਬਾਬਾ ਜੀ ਅਸ਼ੋਕ ਸ਼ਾਹ ਜੀ ਤੁਸੀਂ ਫਰਮਾਨੇ ਮਿਹਰਬਾਨੀ ਸਾਡੇ ਪਾਕਿਸਤਾਨ ਦੇ ਬਹੁਤ ਹੀ ਉਮਦਾ ਗਾਇਕ ਜਨਾਬ ਸ਼ੌਕਤ ਅਲੀ ਸਾਹਿਬ, ਉਹਨਾਂ ਦਾ ਵੀ ਇੱਕ ਅੰਦਾਜ਼। ਓਏ ਬਾਬਾ ਦੀ ਸਰਦਾਰੀ ਦੋ ਜਗ ਪਰ ਜੋ ਸਮਝੇ ਸੋ ਪਾਵੇ। ਓਏ ਸੜਕੇ ਨੇ ਜਿਹੜੇ ਵੇਖੇ ਜਿਨ੍ਹਾਂ ਨੂੰ ਰੋਜ਼ੀ ਵਤਨ ਛੁਡਾਵੇ, ਹੱਥੀਂ ਤੋਰ ਕੇ ਪੁੱਤਰਾਂ ਨੂੰ ਰੱਬਾ ਮਾਂ ਨਾ ਕਿਸੇ ਦੀ ਮਰ ਜਾਵੇ। ਇੱਕ ਮਾਂ ਆਪਣੇ ਇੱਕ ਛੋਟੇ ਜਿਹੇ ਪੁੱਤਰ ਨੂੰ ਲੈ ਕੇ ਸੁੱਤੀ ਪਈ ਹੈ। ਅੱਧੀ ਰਾਤ ਦਾ ਵਕਤ ਗੁਜ਼ਰਦਾ ਹੈ, ਉਸ ਕਮਰੇ 'ਚ ਕਿਸੇ ਦੇ ਆਉਣ ਦੀ ਆਹਟ ਹੁੰਦੀ ਹੈ। ਬੱਚੇ ਦੀ ਅੱਖ ਖੁੱਲ ਜਾਂਦੀ ਸਰ, ਬੱਚਾ ਕੀ ਦੇਖਦਾ? ਇੱਕ ਅਜੀਬ ਜਿਹਾ ਬੰਦਾ ਖੜਾ ਹੈ, ਉਹ ਦੇਖ ਕੇ ਡਰ ਜਾਂਦਾ। ਬੱਚਾ ਦੇਖ ਕੇ ਡਰ ਜਾਂਦਾ, ਡਰਦਾ ਡਰਦਾ ਉਹਨੂੰ ਪੁੱਛਦਾ, ਕਹਿੰਦਾ ਭਾਈ ਤੂੰ ਕੌਣ ਹੈ? ਅੱਗੋਂ ਆਵਾਜ਼ ਆਉਂਦੀ ਹੈ, ਮੈਂ ਮੌਤ ਦਾ ਫਰਿਸ਼ਤਾ। ਕੌਣ? ਮੈਂ ਮੌਤ ਦਾ ਫਰਿਸ਼ਤਾ। ਬੱਚਾ ਪੁੱਛਦਾ, ਕਹਿੰਦਾ ਤੂੰ ਕੀ ਕਰਨਾ ਹੈ? ਅੱਗੋਂ ਆਵਾਜ਼ ਆਉਂਦੀ, ਤੇਰੀ ਮਾਂ ਦੇ ਮਰਨ ਦਾ ਵਕਤ ਹੋ ਗਿਆ, ਮੈਂ ਉਹਦੀ ਰੂਹ ਕਬਜ਼ ਕਰਨ ਵਾਸਤੇ ਆਇਆ। ਤੇਰੀ ਮਾਂ ਦੇ ਇਸ ਦੁਨੀਆਂ ਤੋਂ ਜਾਣ ਦਾ ਵਕਤ ਹੋ ਗਿਆ, ਮਰਨ ਦਾ ਵਕਤ ਹੋ ਗਿਆ। ਬੱਚਾ ਸੋਚਦਾ ਹੈ ਮੇਰੀ ਮਾਂ ਨੇ ਮਰ ਜਾਣਾ, ਆਪਣੀ ਮਾਂ ਦੇ ਮਰਨ ਦੀ ਗੱਲ, ਆਪਣੇ ਮਾਂ ਦੇ ਮਰਨ ਦੀ ਗੱਲ ਸੁਣ ਕੇ ਬੱਚੇ ਦਾ ਕਲੇਜਾ ਜਾ ਬੈਠ ਜਾਂਦਾ, ਹੁਬਕੀ ਹੁਬਕੀ ਰੋਂਦਾ, ਭੁੱਬਾਂ ਮਾਰ ਮਾਰ ਕੇ ਰੋਂਦਾ। ਫਰਿਸ਼ਤੇ ਨੂੰ ਕਹਿੰਦਾ ਤੂੰ ਮੇਰੇ ਨਾਲ ਇੱਕ ਸੌਦਾ ਕਰ ਲੈ, ਹਾੜਾ ਰੱਬ ਦਾ ਵਾਸਤਾ ਤੂੰ ਮੇਰੇ ਨਾਲ ਇੱਕ ਸੌਦਾ ਕਰ ਲੈ, ਤੈਨੂੰ ਤਾਂ ਜਾਨ ਹੀ ਚਾਹੀਦੀ ਹੈ ਨਾ, ਜਾਨ ਦੇ ਬਦਲੇ ਜਾਨ ਦੇਣ ਨੂੰ ਤਿਆਰ ਹਾਂ, ਤੂੰ ਮੇਰੀ ਜਾਨ ਲੈ ਜਾ, ਮੇਰੀ ਮਾਂ ਦੀ ਜਾਨ ਬਖਸ਼ ਦੇ। ਤੂੰ ਮੇਰੀ ਜਾਨ ਲੈ ਜਾ, ਮੇਰੀ ਮਾਂ ਦੀ ਜਾਨ ਬਖਸ਼ ਦੇ, ਤੂੰ ਮੇਰੇ ਨਾਲ ਇੱਕ ਸੌਦਾ ਕਰ ਲੈ, ਜਾਨ ਦੇ ਬਦਲੇ ਜਾਨ ਦੇਣ ਨੂੰ ਤਿਆਰ ਆ। ਅੱਗੋਂ ਫਰਿਸ਼ਤਾ ਜਵਾਬ ਦਿੰਦਾ, ਕਹਿੰਦਾ ਪੁੱਤਰ ਲੈਣ ਤੇ ਮੈਂ ਤੈਨੂੰ ਹੀ ਆਇਆ ਸੀ, ਪਰ ਤੇਰੀ ਮਾਂ ਨੇ ਸੌਦਾ ਤੇਰੇ ਨਾਲੋਂ ਪਹਿਲਾਂ ਕਰ ਲਿਆ। Oh
इंज जा रही है जिवें मुट्ठी चो रेत किरदी हुंदी है, जांदी मां नूं गले लगदा है, चिंबड़दा है, भुब्बां मार मार के रोंदा है, दोबारा मिलण दी उम्मीद दे नाल कुछ गल्लां करदा है। हजूर जरा तवज्जो की कहिंदा है, नी मां मेरी, नी मां मेरी, नी मां मेरी आवेगी केरी रुते, नी मां मेरी आवेगी केरी रुते, कमली दा लड़िया कर्म कमामी जी। अनी हाजरी मंजूर करो।
ਕੋਈ ਗਾਉਂਦੇ ਸਮੇਂ ਗਲਤੀ ਗੁਸਤਾਖੀ ਸੁਰ ਲੈ ਤਾਲ ਇੱਧਰ ਉੱਧਰ ਹੋ ਗਿਆ ਹੋਵੇ ਮਾਫ਼ੀ ਚਾਹੁੰਦਾ ਜੀ, ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਲਫ਼ਜ਼ ਨਿਕਲ ਗਿਆ ਹੋਵੇ ਮੈਂ ਮਾਫ਼ੀ ਚਾਹੁੰਦਾ। ਬਾਪੂ ਜੀ ਸਰਕਾਰ ਤੁਹਾਡੀਆਂ ਸਭ ਦੀਆਂ ਜਾਇਜ਼ ਤਮੰਨਾਵਾਂ ਪੂਰੀਆਂ ਕਰਨ ਇਹ ਦੁਆ ਕਰਦਾ, ਔਰ ਮੈਂ ਤੁਹਾਨੂੰ ਇਹ ਗੁਜ਼ਾਰਿਸ਼ ਕਰਦਾ ਕਿ ਉਸਤਾਦ ਸ਼ੌਕਤ ਅਲੀ ਸਾਹਿਬ ਦੇ ਹੱਕ 'ਚ ਜ਼ਰੂਰ ਦੁਆ ਕਰਨਾ ਕਿ ਅੱਲਾ ਪਾਕ ਬਾਪੂ ਜੀ ਦੀ ਰਹਿਮਤ ਸਦਕਾ ਉਹਨਾਂ ਨੂੰ ਸਿਹਤਯਾਬੀ ਅਤਾ ਫਰਮਾਏ, ਔਰ ਮੇਰੇ ਲਈ ਵੀ ਦੁਆ ਜ਼ਰੂਰ ਕਰਨਾ ਕਿ ਮੈਂ ਇਸੇ ਤਰ੍ਹਾਂ ਪਿਆਰ ਮੁਹੱਬਤ ਨਾਲ ਤੁਹਾਡੀ ਸੇਵਾ ਕਰਦਾ ਰਹਾਂ। ਅੱਲਾ ਹਾਫਿਜ਼, ਰੱਬ ਰਾਖਾ। ਜ਼ੋਰਦਾਰ ਤਾਲੀ ਜਨਾਬ ਸਰਦਾਰ ਅਲੀ ਜੀ ਹੋਰਾਂ ਵਾਸਤੇ। ਜਦੋਂ ਵੀ